ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਐਸ ਡਬਲਯੂ ਸਟੱਡੀ ਫੋਰ ਜੋਬ ਦੇ ਵਿੱਚ ਤੁਸੀਂ ਐਮ ਐਸ ਡਬਲਯੂ ਸਟੱਡੀ ਫੋਰ ਜੋਬ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜਿਹੜੀਆਂ ਕੁਝ ਹੋਰ ਟੀਚਰ ਸਾਹਮਣੇ ਤੁਹਾਡੇ ਲਈ ਲੈ ਕੇ ਆਏ ਤੁਸੀਂ ਸਿੱਧੀ ਇੰਟਰਵਿਊ ਹੋਏਗੀ, ਕੋਈ ਇਗਜ਼ਾਮ ਨਹੀਂ, ਕੋਈ ਫੀਸ ਨਹੀਂ, ਠੀਕ ਹੈ। ਜੇਕਰ ਗੱਲ ਕੀਤੀ ਹੈ ਐਪਲੀਕੇਸ਼ਨ ਆਰ ਇਨਵਾਈਟਡ ਫੋਰ ਦਾ ਗੈਸਟ ਫੈਸਿਲਿਟੀ ਕੰਟਰੈਕਟ ਇਨ ਦਾ ਫੋਲੋਇੰਗ ਸਬਜੈਕਟ ਦੀ ਜਿਹੜੀ ਟੀਚਰ ਵੈਕੈਂਸੀ ਹੈ, ਦੇਖਦੇ ਹੋ ਪੇਰੈਂਟ ਟੀਚਰ ਐਸੋਸੀਏਸ਼ਨ ਵੱਲੋਂ ਜਿਹੜੇ ਫੂਡ ਐਂਡ ਨਿਊਟ੍ਰੀਸ਼ਨ ਦੇ ਵਿੱਚ ਜਿਹੜੀ ਇੱਕ ਵੈਕੈਂਸੀ ਹੋਏਗੀ, ਔਰ ਮਿਊਜ਼ਿਕ ਵੋਕਲ ਦੇ ਵਿੱਚ ਇੱਕ ਵੈਕੈਂਸੀ ਹੋਏਗੀ। ਉਸ ਤੋਂ ਬਾਅਦ ਹਾਇਰ ਐਜੂਕੇਸ਼ਨ ਇੰਸਟੀਟਿਊਟ ਸੋਸਾਇਟੀ ਵੱਲੋਂ ਜਿਹੜੀ ਪੋਸਟ ਹੈਗੀ, ਦੇਖਦੇ ਹੋ ਕੰਪਿਊਟਰ ਐਪਲੀਕੇਸ਼ਨ ਦੀ ਇੱਕ ਪੋਸਟ ਹੋਏਗੀ, ਕੈਮਿਸਟਰੀ ਦੀ ਇੱਕ ਹੋਏਗੀ, ਔਰ ਬਾਇਓਟੈਕਨੋਲੋਜੀ ਦੀ ਇੱਕ ਪੋਸਟ ਹੋਏਗੀ। ਇਸ ਪੋਸਟ ਲਈ ਤੁਸੀਂ ਅਪਲਾਈ ਕਿਸ ਤਰ੍ਹਾਂ ਕਰਨਾ ਦੇਖ ਸਕਦੇ ਹੋ ਤੁਸੀਂ। ਬਾਇਓਡਾਟਾ ਅਲੋਂਗ ਵਿਦ ਦਾ ਜਿਹੜੇ ਕਾਪੀਸ ਆਫ ਟੈਸਟੀਮੋਨੀਅਲ ਨਾਲ ਜਿੰਨੀ ਵੀ ਤੁਹਾਡੇ ਅਕੈਡਮਿਕ ਕੁਆਲੀਫਿਕੇਸ਼ਨ ਦੇ ਜਿਹੜੇ ਡਾਕੂਮੈਂਟਸ ਹੈਗੇ ਉਹਨਾਂ ਦੀ ਫੋਟੋ ਕਾਪੀ ਜਿਹੜੀ ਆ ਸਬਮਿਟ ਕਰਨੀ ਆ। ਪਰਫੋਰਮੈਂਸ ਨਾਲ ਫੋਟੋਗ੍ਰਾਫਸ ਸ਼ੁੱਡ ਰੀਚ ਜਿਹੜਾ ਬਿਫੋਰ 2/9/2019 ਤੋਂ ਪਹਿਲਾਂ ਤੁਸੀਂ ਭੇਜ ਦੇਣਾ ਇਸ ਇਹਨਾਂ ਦੇ ਐਡਰੈਸ 'ਤੇ, ਠੀਕ ਹੈ। 2/9/2019 ਦੀ ਲਾਸਟ ਡੇਟ ਰਹੇਗੀ ਔਰ ਸਿੱਧਾ ਇੰਟਰਵਿਊ ਹੋਏਗਾ ਦੇਖ ਸਕਦੇ ਤੁਸੀਂ 6/9/2019 ਨੂੰ ਜਿਹੜਾ 9:30 ਸਵੇਰੇ ਜਿਹੜਾ ਇੰਟਰਵਿਊ ਤੁਸੀਂ ਦੇ ਸਕਦੇ ਹੋ ਜਾ ਕੇ, ਔਰ UGC ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਗੌਰਮੈਂਟ ਦੇ ਜਿਹੜੇ ਨਿਯਮਾਂ ਦੇ ਅਨੁਸਾਰ ਹੀ ਜਿਹੜਾ ਸਾਰਾ ਪ੍ਰੋਸੈਸ ਹੋਏਗਾ, ਠੀਕ ਹੈ। ਉਹਨਾਂ ਦੇ ਨਿਯਮਾਂ ਦੇ ਮੁਤਾਬਕ ਹੀ ਜਿਹੜਾ ਸਾਰਾ ਕੁਆਲੀਫਿਕੇਸ਼ਨ ਪ੍ਰੋਸੈਸ ਔਰ ਪੇ ਪ੍ਰੋਸੈਸ ਤੁਹਾਡਾ ਰਹੇਗਾ। ਔਰ ਜ਼ਿਆਦਾ ਜਾਣਕਾਰੀ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਲੈ ਸਕਦੇ ਹੋ, ਔਰ ਇੰਟਰਵਿਊ ਦਾ ਕੋਈ TDI ਤੁਹਾਨੂੰ ਨਹੀਂ ਦਿੱਤਾ ਜਾਏਗਾ, ਠੀਕ ਹੈ। ਇੰਟਰਵਿਊ ਕੈਂਸਲਡ ਕਰਨ ਦਾ ਜਿਹੜਾ ਕੋਈ ਰੀਜ਼ਨ ਨਹੀਂ ਦੱਸਿਆ ਜਾਏਗਾ, ਠੀਕ ਹੈ ਜੀ। ਤਾਂ ਇਹਨਾਂ ਦਾ ਅਫੀਸ਼ੀਅਲ ਐਡਰੈਸ ਹੈਗਾ ਦੇਖ ਸਕਦੇ ਹੋ, ਪ੍ਰੈਜੀਡੈਂਟ PTA ਚੇਅਰਮੈਨ, ਠੀਕ ਹੈ, ਚੇਅਰਪਰਸਨ ਸੋਰੀ HEIS, ਠੀਕ ਹੈ। ਇਹਨਾਂ ਦਾ ਅਫੀਸ਼ੀਅਲ ਐਡਰੈਸ ਹੈਗਾ ਔਰ ਪੋਸਟ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਆ ਸਕੇ ਵੀਡੀਓ ਦੇਖੋ, ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਮਿਲਦੇ ਇੱਕ ਹੋਰ ਨਵੀਂ ਜੋਬ ਲਈ, ਗੌਰਮੈਂਟ ਨਾਲ ਸੰਬੰਧ ਔਰ ਪ੍ਰਾਈਵੇਟ ਸੈਕਟਰ ਨਾਲ ਸੰਬੰਧ। ਥੈਂਕ ਯੂ ਸੋ ਮਚ, ਟੇਕ ਕੇਅਰ, ਬਾਏ ਬਾਏ।